ਪੰਜਾਬ ਵਪਾਰ ਮੰਡਲ ਵੱਲੋਂ GST ਸੰਬੰਧੀ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਮ ਇੱਕ ਮੰਗ ਪੱਤਰ ADC ਡਾਕਟਰ ਹਿਮਾਂਸ਼ੋ ਅਗਰਵਾਲ ਨੂੰ ਦਿੱਤਾ ਗਿਆ ਮੰਗ ਕੀਤੀ ਗਈ ਕਿ ਸਰਕਾਰ ਇਹਨਾਂ ਮੰਗਾਂ ਨੂੰ ਫੌਰਨ ਮੰਨੇ ਤਾਂ ਜੋ ਵਪਾਰੀਆਂ ਨੂੰ ਪੇਸ਼ ਮਸ਼ਕਲਾਂ ਦਾ ਹੱਲ ਹੋ ਸਕੇ ਪੰਜਾਬ ਪ੍ਰਧਾਨ ਪਿਆਰਾ ਲਾਲ ਸੇਠ ਜ਼ਿਲ੍ਹਾ ਪ੍ਰਧਾਨ सुरेंद्र ਦੁੱਗਲ ਸਮੀਰ ਜੈਨ ਅਨਿਲ ਕਪੂਰ ਕਵੀ ਮਹਿਰਾ ਸਮੇਤ ਸਾਰੇ ਮੈਂਬਰ ਮੌਜੂਦ ਸਨ ਤੁਸੀਂ ਸਰਕਾਰ ਅੱਗੇ ਕਹਿੰਦੇ ਸਰਕਾਰ ਅੱਗੇ ਬੇਨਤੀ ਕਰਦੇ ਆ ਕਿ ਜਿਹੜਾ ਤੁਸੀਂ ਕਾਨੂੰਨ ਜੀਐਸਟੀ ਦਾ ਲੈ ਕੇ ਆਇਓ ਇਹਦੇ ਚ ਵਪਾਰੀਆਂ ਨੂੰ ਬਿਠਾਓ ਸਰਲ ਕੀਤਾ ਜਾਵੇ ਸਾਰਿਆਂ ਲਈ ਕਾਨੂੰਨ ਇੱਕ ਹੀ ਕੀਤਾ ਜਾਵੇ ਵਨ ਨੇਸ਼ਨ ਵਨ ਕਾਨੂੰਨ ਦੀ ਤੁਸੀਂ ਗੱਲ ਕਰਦੇ ਹੋ ਪਰ ਕਈ ਸਾਨੂੰ ਸਮੱਸਿਆ ਜਿਹੜੀਆਂ ਇਸ ਵੇਲੇ ਜੀਐਸਟੀ ਤੇ ਆ ਰਹੀਆਂ ਇਹਦਾ ਹੱਲ ਕੀਤਾ ਜਾਵੇ ਪੰਜਾਬ ਪ੍ਰਦੇਸ਼ ਵਿਪਾਰ ਮੰਡਲ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਨਾਮ ਤੇ ਹੋਤੇ ਤੇ ਨਾਲਾ ਇੱਕ ਇਹ ਮੁੱਦਾ ਸੀ ਕਿ ਜਿਹੜਾ GST ਟੈਕਸੇਸ਼ਨ ਸਿਸਟਮ ਹੈ ਉਹਦੇ ਵਿੱਚ ਕੁਝ ਬਦਲਾਅ ਕੀਤੇ ਜਾਣ ਉਹਨਾਂ ਦਾ ਮੰਗ ਪੱਤਰ ਜਿਹੜਾ ਹੈ ਉਹ ਲੈ ਲਿਆ ਗਿਆ ਹੈਗਾ ਐਂਡ ਯੋਗ ਫਰਨਾਲੀ ਨਹੀਂ ਇਹ ਮੰਗ ਯੋਗ PMG ਦੇ ਦਫ਼ਤਰ ਦੇ ਵਿੱਚ ਭੇਜਿਆ ਜਾਣਾ ਹੈਗਾ